ਸਤਿ ਸ਼੍ਰੀ ਅਕਾਲ ਜੀ। ਉਮੀਦ ਹੈ ਸਾਰੇ ਵੀ ਠੀਕ ਠਾਕ ਹੋਣਗੇ। ਸੋ ਵੀਰ ਜੀ, ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਦੇ ਹਾਂ ਬਈ ਕਿੱਦਾਂ ਜਿਹੜਾ ਇੱਥੇ ਕਵੈਤ ਦੇ ਵਿੱਚ ਜਿਹੜਾ ਵਾ ਤੁਹਾਨੂੰ ਜਿਹੜਾ ਆਜ਼ਾਦ ਵਿਜੇ ਦੇ ਆਜ਼ਾਦ ਵਿਜੇ ਤਾਂ ਬਈ ਆਪਾਂ ਪਹਿਲਾਂ ਲੈ ਲੈਂਦੇ ਹਾਂ, ਉਸ ਤੋਂ ਬਾਅਦ ਬਈ ਕਿੱਦਾਂ ਜਿਹੜੇ ਆ ਕਵੈਤੀ ਇਹ ਆ, ਜਾਂ ਬਈ ਇੱਥੋਂ ਦੇ ਜਿਹੜੇ ਮਲੂਕ ਆ, ਜਿਹੜੇ ਏਜੰਟ ਆ, ਬਈ ਕਿੱਦਾਂ ਤੁਹਾਨੂੰ ਬਲੈਕਮੇਲ ਕਰਦੇ ਆ, ਕਿੱਦਾਂ ਬਈ ਤੁਹਾਡੇ ਕੋਲ ਜਿਹੜੇ ਆ ਵੱਧ ਪੈਸੇ ਬਈ ਜੀ ਲੈਂਦੇ ਆ। ਸੋ ਮੇਰਾ ਬਈ ਜੀ ਇੱਕ ਫਰੈਂਡ ਹੈਗਾ, ਮੇਰੇ ਨਾਲ ਹੀ ਇਕੱਠੇ ਕੰਮ ਕਰਦੇ ਹਨ, ਲਾਗੇ ਰਹਿੰਦਾ ਸੀ ਮੇਰੇ, ਅਤੇ ਬਈ ਉਹਦਾ ਵਿਚਾਰ ਦਾ ਵੀਜ਼ਾ ਵੀ ਬਈ ਅਜੇ 1.5 ਸਾਲ ਦਾ ਪਿਆ, 3.5 ਸਾਲ ਦਾ ਉਹਦਾ ਵੀਜ਼ਾ ਪਿਆ, 2 ਸਾਲ ਦਾ ਉਹਦਾ ਵੀਜ਼ਾ ਪਹਿਲਾਂ ਵੀ ਉਹ ਇੱਕ ਹੋਰ ਲਾਤਾ ਸੀ ਉਹਨਾਂ, ਅਤੇ ਉਹ ਪਰ ਬਈ ਉਹਨੂੰ ਕਹਿੰਦੇ ਵੀ ਹੁਣ ਯਕਦਮ ਹੀ ਜਾਣੀ ਕਿ ਸਾਨੂੰ 200 ਕਿਹੜੀ ਦੇ, ਨਹੀਂ ਤਾਂ ਤੇਤੇ ਅਸੀਂ ਕੇਸ ਪਾ ਦੇਣਾ ਵਾ, ਇੱਦਾਂ ਵਾ ਉੱਦਾਂ ਵਾ। ਅਤੇ ਉਹ ਬਈ ਇੱਕ ਰਾਤ ਦੇ ਵਿੱਚ ਬਈ ਉਹਨੂੰ ਜਿਹੜਾ ਵਾ ਇੰਡੀਆ ਜਾਣਾ ਪੈ ਗਿਆ, ਸ਼ਾਮ ਨੂੰ ਦੱਸਿਆ ਤਾਂ ਬਈ ਸਵੇਰ ਨੂੰ ਉਹਨੂੰ ਫਲੈਟ ਕਰਾ ਕੇ ਜਿਹੜਾ ਵਾ ਸਖਤ ਹੀ ਨਿਕਲਣਾ ਪਿਆ, ਕਿਉਂਕਿ ਬਈ ਇੱਥੇ ਜੇ ਇੱਕ ਵਾਰ ਤੁਹਾਡੇ 'ਤੇ ਇੱਥੇ ਕੇਸ ਪੈ ਗਿਆ ਜਾਂ ਕੋਈ ਵੀ ਤੁਹਾਡੇ ਇੱਥੇ ਕੋਈ ਗੱਲ ਹੋ ਗਈ ਤਾਂ ਬਈ ਤੁਸੀਂ ਵਾਪਸ ਜਿਹੜਾ ਵਾ ਇੰਡੀਆ ਨਹੀਂ ਜਾ ਸਕਦੇ ਜਿੰਨਾ ਚਿਰ ਤੁਹਾਡਾ ਜਿਹੜਾ ਕੇਸ ਕਲੀਅਰ ਨਹੀਂ ਹੁੰਦਾ ਤੁਹਾਨੂੰ ਇੱਥੇ, ਭਾਵੇਂ 5 ਸਾਲ ਲੱਗ ਜਾਣ, 10 ਸਾਲ ਲੱਗ ਜਾਣ, ਬਈ ਉਹਨਾਂ ਚਿਰ ਤੁਹਾਡੀ ਜਿਹੜੀ ਇੱਥੋਂ ਫਲਾਈਟ ਨਹੀਂ ਹੋ ਸਕਦੀ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬਈ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਜੇ ਤੁਸੀਂ ਮੇਰੇ ਚੈਨਲ 'ਤੇ ਨਵੇਂ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਉਹ ਬੈਲ ਆਈਕਨ ਨੂੰ ਦਬਾ ਦਿਓ, ਤਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਤੁਹਾਨੂੰ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ। ਸੋ ਵੀਰ ਜੀ, ਅਸੀਂ ਇੱਥੇ ਥੋੜ੍ਹੇ ਦਿਨਾਂ ਦੀ ਗੱਲ ਆ, 4-5 ਦਿਨ ਪਹਿਲਾਂ ਦੀ ਕੰਮ ਆ, ਮੇਰੇ ਨਾਲ ਹੀ ਮੇਰਾ ਯਾਨੀ ਕਿ ਫਰੈਂਡ ਹੀ ਇੱਕ ਬਹੁਤ ਵਧੀਆ ਉਹ ਕੰਮ ਕਰਦੇ ਹਾਂ ਅਸੀਂ ਬਈ ਇਕੱਠੇ, ਅਤੇ ਬਈ ਉਹਦਾ ਜਿਹੜਾ ਵੀਜ਼ਾ ਸੀਗਾ ਇੱਥੇ ਬਈ 20 ਨੰਬਰ ਦਾ ਵੀਜ਼ਾ ਸੀਗਾ ਉਹਦਾ, ਖਾਦਮ ਦਾ ਵੀਜ਼ਾ ਸੀ, ਪਰ ਮਤਲਬ ਉਹਨੇ ਪੈਸੇ ਵਗੈਰਾ ਦੇ ਕੇ ਉਹਨਾਂ ਗੱਲ ਪਹਿਲਾਂ ਹੀ ਕੀਤੀ ਸੀ ਜੇ ਕੋ ਉਹਨੇ ਵੀਜ਼ਾ ਲਿਆ ਵੀ ਹਾਂ ਕੰਮ ਬਾਹਰ ਕਰਨਾ ਵਾ, ਉਹ ਕਹਿੰਦਾ ਠੀਕ ਹੈ ਕੋਈ ਗੱਲ ਨਹੀਂ। ਅਤੇ ਬੜਾ ਵਧੀਆ ਬਈ ਉਹਦਾ 2 ਸਾਲ ਪਹਿਲਾਂ ਜਿਹੜਾ ਵੀਜ਼ਾ ਉਹਦਾ ਲੰਘ ਗਿਆ ਸੀਗਾ ਵੀ ਹਾਂ 2 ਸਾਲ ਉਹਨੇ ਕੰਮ ਕੀਤਾ ਸੀਗਾ, ਉਸ ਤੋਂ ਬਾਅਦ ਬਈ ਉਹਦਾ ਫਿਰ ਵੀਜ਼ਾ ਯਾਨੀ ਕਿ ਲੱਗਾ ਸੀਗਾ, ਅਤੇ ਉਹ ਬਈ 2 ਸਾਲ ਦਾ ਉਹਦਾ ਫਿਰ ਵੀਜ਼ਾ ਲੱਗਾ, ਉਹਨੇ ਪੈਸੇ ਵੀ ਸਾਰੇ ਦੇ ਦਿੱਤੇ ਜਿੰਨੇ ਵੀ ਉਹਦੀ ਗੱਲ ਹੋਈ ਸੀ ਉਹਨਾਂ ਮਦੂਕ ਨਾਲ, ਅਤੇ ਉਹਨੇ ਪੈਸੇ ਵੀ ਦੇ ਦਿੱਤੇ, ਅਤੇ 1 ਸਾਲ ਬਈ ਉਹਦਾ ਯਾਨੀ ਕਿ 6 ਮਹੀਨੇ ਪਹਿਲਾਂ ਉਹਦੇ ਲੰਘੇ ਸੀ, ਉਹਨੇ ਬਾਅਦ ਉਹਦੇ ਮਦੂਕ ਨੇ ਇੱਕ ਵੀਜ਼ਾ ਉਹਨੂੰ ਹੋਰ ਲਾਤਾ ਸੀਗਾ ਵੀ 2 ਸਾਲ ਦਾ ਵੀਜ਼ਾ ਉਹਦਾ ਪਹਿਲਾਂ ਲੱਗ ਗਿਆ ਸੀਗਾ, 2 ਸਾਲ ਦਾ ਵੀਜ਼ਾ ਉਹਨੇ ਹੋਰ ਲਾਤਾ ਉਹਨੂੰ, ਵੀ ਕਹਿੰਦਾ ਕੋਈ ਨਹੀਂ ਚੱਲ ਤੂੰ ਪੈਸੇ ਮੈਨੂੰ ਜਿਹੜੇ ਇਸ ਵੀਜ਼ੇ ਦੇ ਬਾਅਦ ਦੇ ਦੇਈ, ਉਹਨੇ 2 ਸਾਲ ਦੇ ਪੈਸੇ ਜਿਹੜੇ ਉਹ ਦੇ ਦਿੱਤੇ ਹੋਏ ਸੀ। ਅਤੇ ਉਹ ਬਈ ਲਾਸਟ ਹੋਣਾ ਥੋੜ੍ਹੇ ਕੁ ਦਿਨ ਪਹਿਲਾਂ ਹੀ, ਮਤਲਬ 4-5 ਦਿਨ ਪਹਿਲਾਂ ਹੀ ਬਈ ਉਹਦੇ ਮਦੂਕ ਨੇ ਉਹਨੂੰ ਫੋਨ ਕੀਤਾ ਵੀ ਤੇਰਾ ਕਵੈਤੀ ਜਿਹੜਾ ਵਾ ਵੀ ਉਹ ਪੈਸਿਆਂ ਦੀ ਡਿਮਾਂਡ ਕਰਨ ਡਿਆ ਵੀ ਹੁਣੇ ਕਹਿੰਦਾ ਪੈਸੇ ਦਿਓ, ਨਹੀਂ ਤਾਂ ਮੈਂ ਜਿਹੜਾ ਵਾ ਤੁਹਾਡਾ ਵੀਜ਼ਾ ਵਾ ਉਹ ਘਟਾ ਦੇਣਾ, ਤੁਹਾਡੇ 'ਤੇ ਕੋਈ ਕੇਸ ਪਾ ਦੇਣਾ ਵਾ, ਅਤੇ ਬਾਅਦ ਵਿੱਚ ਇਹ ਬੰਦਾ ਜਿਹੜਾ ਵਾ ਇੰਡੀਆ ਨਹੀਂ ਜਾ ਸਕਦਾ। ਅਤੇ ਹੁਣ ਬਈ ਤੁਹਾਨੂੰ ਪਤਾ ਪੈਰ 'ਤੇ ਇੱਥੇ ਜਿਹੜੇ ਪੈਸੇ ਇਕੱਠੇ ਕਰਨੇ ਬਹੁਤ ਔਖੇ, 800-900 ਰੁਪਈਆ ਜਿਹੜਾ 800-900 ਕਿਹੜੀ ਜਿਹੜਾ ਵਾ ਉਹ ਇੱਕੋ ਦਿਨ ਦੇ ਵਿੱਚ ਜਿੱਦਾਂ ਵੀ ਇਕੱਠਾ ਕਰਨਾ ਬਹੁਤ ਔਖਾ, ਕਿਉਂਕਿ ਕਿਸੇ ਕੋਲ ਵੀ ਇੰਨੇ ਪੈਸੇ ਨਹੀਂ ਹੁੰਦੇ। ਅਤੇ ਉਹ ਇਹ ਮਦੂਕ ਦਾ ਕਿਨਾ ਹੋ ਸਕਦਾ ਕੋਈ ਮਦੂਕ ਨੇ ਉੱਥੇ ਕੋਈ ਉਹਨੂੰ ਪਹਿਲਾਂ ਪੈਸੇ ਦਿੱਤੇ ਹੀ ਨਾ ਹੋਣ, ਉਹਦੇ ਵੀਜ਼ੇ 'ਤੇ ਉਹਨੂੰ ਵੀਜ਼ਾ ਲਾਤਾ ਹੋਵੇ ਅਤੇ ਉਹ ਕਵੈਤੀਆ ਜਿਹੜਾ ਵਾ ਪੈਸੇ ਦੀ ਮੰਗ ਕਰਦਾ ਹੋਵੇ, ਅਤੇ ਤਾਂ ਕਰਕੇ ਇਹ ਸਾਰਾ ਇੰਸੀਡੈਂਟ ਹੋਇਆ ਯਾਨੀ ਕਿ ਪਤਾ ਨਹੀਂ ਕਲੀਅਰ ਨਹੀਂ, ਬਟ ਉਹ ਬੰਦੇ ਦੇ ਅਤੇ ਬਈ 1 ਦਿਨ ਦੇ ਵਿੱਚ ਉਹਨੂੰ ਜਿਹੜਾ ਵਾਪਸ ਇੰਡੀਆ ਜਾਣਾ ਪੈ ਗਿਆ, ਅਤੇ ਉਹਦੀ ਬਈ ਜਿਹੜੀ ਹੁਣ 1 ਸਾਲ ਦੀ ਲਾਈਫ ਹੀ ਆ ਵੀ ਉਹਦਾ ਹੁਣ ਸ਼ਾਇਦ ਉਹ ਇੰਡੀਆ ਇੱਥੇ ਵਾਪਸ ਕਵੈਤ ਆਵੇ ਵੀ ਜਾਂ ਨਾ ਆਵੇ, ਉਹਦਾ ਬਈ ਜਿਹੜਾ ਵਾ ਜਿਹੜੇ ਵੀਜ਼ੇ ਦੇ ਉਹਨੇ ਪੈਸੇ ਦਿੱਤੇ ਸੀ ਉਸ ਵੀਜ਼ੇ ਦੇ ਵੀ ਅਜੇ ਬਈ 15 ਮਹੀਨੇ ਪਏ ਸੀਗੀ, ਈਵਨ 1.25 ਸਾਲ ਪਿਆ ਹੈਗਾ, ਅਤੇ ਅਜੇ ਉਹਨੇ ਬਈ ਕੋਈ 9 ਕੁ ਮਹੀਨੇ ਹੀ ਉਸ ਵੀਜ਼ੇ 'ਤੇ ਕੰਮ ਕੀਤਾ ਸੀ, ਅਤੇ ਉਹ ਵੀਜ਼ਾ ਵੀ ਬਈ ਸਾਰਾ ਜਿਹੜਾ ਉਹਦਾ ਵੇਸਟ ਹੋ ਗਿਆ, ਤਾਂ ਇੰਨੇ ਬਈ ਜਿਹੜਾ ਵੀ ਲੱਖਾਂ ਰੁਪਈਆ ਇੱਕ ਹਿਸਾਬ ਦਾ ਉਹਦਾ ਜਿਹੜਾ ਵਾ ਉਹ ਵੇਸਟ ਹੋ ਗਿਆ। ਉਸ ਤੋਂ ਅਗਲੇ ਵੀਜ਼ੇ ਦੀ ਚਲੋ ਗੱਲ ਹੀ ਛੱਡੋ, 2 ਸਾਲ ਦਾ ਉਹ ਵੀਜ਼ਾ ਹੈਗਾ, ਅਤੇ 15 ਮਹੀਨੇ ਸੀ ਯਾਨੀ ਕਿ 3.25 ਸਾਲ ਦਾ ਬਈ ਅਜੇ ਉਹਦਾ ਜਿਹੜਾ ਵਰਕ ਪਰਮਿਟ ਪਿਆ ਸੀ, ਫਿਰ ਵੀ ਬਈ ਉਹ ਜਿਹੜਾ ਉਹਨੂੰ ਹੁਣ ਇੰਡੀਆ ਜਾਣਾ ਪੈ ਗਿਆ। ਤਾਂ ਬਈ 4 ਦਿਨ ਹੋ ਗਿਆ ਕਾਫੀ ਯਾਨੀ ਕਿ ਵੀ ਮੈਂ ਵੀ ਉਹਦੇ ਨਾਲ ਰਿਹਾ ਸਾਰੀ ਰਾਤ, ਫਿਰ ਬਈ ਜਿੱਦਾਂ ਵੀ ਸ਼ਾਮ ਨੂੰ ਬਈ ਉਹਨੂੰ ਪਤਾ ਲੱਗਾ ਸਾਨੂੰ, ਮੈਨੂੰ ਉਹਨੇ ਫੋਨ ਕੀਤਾ ਕਿ ਕਹਿੰਦਾ ਵੀ ਚੱਲ ਆ, ਕਹਿੰਦਾ ਵੀ ਮਿਲ ਕੇ ਆਉਣਾ ਵਾ ਆਪਾਂ, ਜਿੰਨਾ ਕੋਲ ਵੀਜ਼ਾ ਲਿਆ ਵਾ ਉਹਨੇ ਮੈਨੂੰ ਸੱਦਿਆ ਵਾ, ਪਤਾ ਨਹੀਂ ਕੀ ਗੱਲ ਹੋਈ ਹੈ, ਅਤੇ ਚੱਲ ਆ ਜਾ ਚੱਲੀਏ। ਅਸੀਂ ਉੱਥੇ ਬਈ ਗਏ ਅਤੇ ਉਹਨੇ ਤਾਂ ਹੋਰ ਹੀ ਸੱਪ ਕੱਢਤਾ, ਉਹ ਕਹਿੰਦਾ ਵੀ ਇੱਦਾਂ ਇੱਦਾਂ ਗੱਲ ਹੋ ਗਈ ਆ, ਤੂੰ ਹੁਣੇ ਹੀ ਕਹਿੰਦਾ ਫਲੈਟ ਕਰਾ ਐਮਰਜੈਂਸੀ ਦੇ ਵਿੱਚ, ਹੁਣੇ ਹੀ ਚੱਲ ਜਾ, ਨਹੀਂ ਤਾਂ ਕਹਿੰਦਾ ਵੀ ਤੇਰੇ ਉਹ ਤੇਰਾ ਕਵੈਤੀ ਹੈ ਜਿਹੜਾ ਵਾ ਉਹਨੇ ਕੇਸ ਕਰਾ ਦੇਣਾ ਵਾ, ਉਸ ਤੋਂ ਬਾਅਦ ਤੂੰ ਜਿਹੜਾ ਵਾ ਇੱਥੋਂ ਜਾ ਨਹੀਂ ਸਕਦਾ। ਉਹ ਵੀਰ ਵਿਚਾਰਾ ਅੱਗੇ ਯਾਨੀ ਕਿ 3 ਸਾਲ ਉਹਨੇ ਇੱਥੇ ਕੰਟੀਨਿਊ ਲਾਏ ਸੀਗੇ, ਉਹ ਪਹਿਲਾਂ ਵੀਜ਼ਾ ਤਾਂ ਮੁੱਕ ਗਿਆ, ਉਹ ਫਿਰ ਵੀ ਨਹੀਂ ਇੰਡੀਆ ਗਿਆ, ਕਹਿੰਦਾ ਵੀ ਚੱਲ 1 ਸਾਲ ਕਹਿੰਦਾ ਵੀ ਹੋਰ ਲਾ ਕੇ, ਅਤੇ ਕਹਿੰਦਾ ਵੀ ਫਿਰ ਆਪਾਂ ਇੰਡੀਆ ਜਾਵਾਂਗੇ। ਤਾਂ ਉਹ ਬਈ 3 ਸਾਲ ਤੋਂ ਉਹਨੂੰ ਥੋੜ੍ਹਾ ਟਾਈਮ ਉੱਤੇ ਹੋ ਗਿਆ ਇੱਥੇ, ਅਤੇ ਉਹਨੇ ਇੰਡੀਆ ਜਾਣਾ ਸੀ ਈਵਨ 5-6 ਮਹੀਨੇ ਦੇ ਵਿੱਚ, ਅਤੇ ਪਰ ਉਹਨੇ ਜਿੱਦਾਂ ਵੀ ਵਾਪਸ ਆਉਣਾ ਸੀ, ਪਰ ਹੁਣ ਬਈ ਹੁਣ ਵਾਪਸ ਆਉਣ ਦੀ ਵੀ ਉਹਦੀ ਜਿਹੜੀ ਆ ਉਹ ਗਰੰਟੀ ਨਹੀਂ ਆ ਵੀ ਹੁਣ ਵਿਚਾਰਾ ਆਵੇ ਵੀ ਜਾਂ ਨਹੀਂ ਆਵੇ, ਕਿਉਂਕਿ ਜੇ ਤਾਂ ਕਵੈਤੀ ਨੇ ਬਈ ਇੱਥੇ ਸੱਚੀ ਉੱਤੇ ਬਈ ਯਾਨੀ ਕਿ ਉਹਦਾ ਨਾਸ਼ ਕਰਾਤਾ ਦਾ ਨਾਸ਼ ਕਰਾਤਾ ਹੋਇਆ ਯਾਨੀ ਕਿ ਉੱਥੇ ਕੇਸ ਵਗੈਰਾ ਕੋਈ ਪਾਤਾ ਹੋਇਆ, ਤਾਂ ਫਿਰ ਬਈ ਉਹ ਵਾਪਸ ਨਹੀਂ ਕਵੈਤ ਦੇ ਵਿੱਚ ਐਂਟਰ ਨਹੀਂ ਕਰ ਸਕਦਾ। ਅਤੇ ਬਈ ਬੜਾ ਜਿਹੜਾ ਦੁੱਖ ਜਿਹਾ ਲੱਗਾ ਵੀ ਯਾਰ ਇੱਦਾਂ ਵੀ ਲੋਕ ਕਰਦੇ ਇੱਥੇ ਕਿੱਦਾਂ ਬਲੈਕਮੇਲ ਕਰਦੇ, ਉਹ ਕਹਿੰਦਾ ਵੀ ਹੁਣੇ ਮੈਨੂੰ ਪੈਸੇ ਦਿਓ ਮਦੂ, ਕਹਿੰਦਾ ਅਤੇ ਕਹਿੰਦਾ
ਬਾਈ ਜੀ ਜੇ ਵੀਜ਼ਾ ਚਲੋ ਆਜ਼ਾਦ ਵੀਜ਼ਾ ਪਹਿਲੀ ਗੱਲ ਤਾਂ ਲਾਉਣਾਗੇ ਕੰਪਨੀ ਵਗੈਰਾ ਦੇ ਵਿੱਚ ਆ ਉਹ ਉੱਥੇ ਠੀਕ ਆ, ਅਤੇ ਜੇ ਤੁਸੀਂ ਲੈਣਾ ਹੀ ਆ ਤੁਹਾਡਾ ਕੋਈ ਕਹਿਣ ਡਿਆ ਵਾ ਤੁਹਾਨੂੰ ਪੱਕਾ ਬਾਈ ਉਹਨਾਂ ਸ਼ੋਰ ਕਰ ਲਓ ਵੀ ਜਿਹੜਾ ਕੋ ਤੁਸੀਂ ਵੀਜ਼ਾ ਲੈਣ ਲੱਗੇ ਜਿਹੜੇ ਕਵੈਤੀ ਇੱਕ ਉਹ ਬੰਦਾ ਸਹੀ ਆ, ਉਹ ਬੰਦੂਕ ਸਹੀ ਆ ਜੇ ਕੋ ਤੁਸੀਂ ਵੀਜ਼ਾ ਲੈਣ ਲੱਗੇ, ਕਿਉਂਕਿ ਬਾਈ ਉੱਥੇ ਇੰਡੀਆ ਦੇ ਵਿੱਚ ਬੰਦੂਕਾਂ ਦੀਆਂ ਗੱਲਾਂ ਹੋਰ ਹੁੰਦੀਆਂ ਵੀ ਆ ਜਾਓ ਬਾਈ ਹਮ ਆਪਕਾ ਲਾਇਸੈਂਸ ਬਣਾ ਦੇਂਗੇ, ਇਹ ਕਰਵਾ ਦੇਂਗੇ, ਵੋ ਕਰਵਾ ਦੇਂਗੇ, ਇੱਥੇ ਆਣ ਕੇ ਬਾਈ ਸ਼ਕੂਨੀ ਪੁੱਛਦੇ ਸਾਲੇ, ਉਹ ਬਾਅਦ ਵਿੱਚ ਅਗਲੇ ਇੱਥੇ ਆਣ ਕੇ ਸਾਲੇ ਇੱਕ ਸੈਨ ਕਰਨ ਕਰਨ ਦੇ ਵੀ 200-200 ਕਿਹੜੀ ਬਾਈ ਲੈਂਦੇ ਆ, ਇੱਕ ਤੁਸੀਂ ਕਿਸੇ ਕਵੈਤੀ ਦਾ ਸੈਨ ਵੀ ਕਰਾਉਣਾ ਵਾ ਕਿਸੇ ਇਸਤਮਾਰਾ ਪੇਪਰ ਦੇ ਜਾਂ ਈਵਨ ਕਿਸੇ ਵੀ ਤੁਸੀਂ ਤਨਾਜ਼ਾ ਲੈਣਾ ਵਾ, ਉਹ ਬਾਈ ਉਹਨਾਂ ਕਹਿਣਾ ਵੀ ਉਹ ਕਵੈਤੀਆ ਬੋਲਤਾ ਹੈ 200 ਕਿਹੜੀ ਦੋ 300 ਕਿਹੜੀ ਦੇ ਫਿਰ ਸੈਨ ਕਰੇਗਾ, ਅਤੇ ਬਾਈ ਫਿਰ ਇੱਥੇ ਆਣ ਕੇ ਬੰਦਾ ਫਸ ਜਾਂਦਾ ਵਾ ਵੀ ਦੇਣੇ ਪੈਂਦੇ ਆ, ਸੋ ਇਸ ਕਰਕੇ ਬਾਈ ਜਦ ਕੋ ਵੀ ਤੁਸੀਂ ਵੀਜ਼ਾ ਲੈਣ ਲੱਗੇ ਪੱਕਾ ਕਰ ਲਓ ਉਹਨਾਂ ਬਾਈ ਤੁਹਾਡਾ ਕਵੈਤੀਆ ਸਹੀ ਆ ਬੰਦੂਕ ਸਹੀ ਆ, ਅਤੇ ਵੀਜ਼ਾ ਆਪਣਾ ਚੈੱਕ ਕਰ ਲਓ ਬਾਈ 20 ਨੰਬਰ ਦਾ ਵੀਜ਼ਾ ਲੈ ਕੇ ਕਦੀ ਵੀ ਇੱਥੇ ਨਾ ਆਓ, 18 ਨੰਬਰ ਦਾ ਬਾਈ ਸੂਨ ਸਿਰਕੇ ਦਾ ਵੀਜ਼ਾ ਲੈ ਕੇ ਇੱਥੇ ਆਓ ਜਿੰਨੇ ਵੀ ਆਉਣਾ ਵਾ, ਕਿਉਂ ਉਹਦੇ ਵਿੱਚ ਬਾਈ ਇੱਦਾਂ ਹੁੰਦਾ ਵੀ ਚਲੋ ਕੇਸ ਹੋ ਜੂਗਾ ਤੁਹਾਡੇ 'ਤੇ ਕੋਈ ਚੱਕਰ ਨਹੀਂ ਹੈ, ਪਰ ਬਾਈ ਤੁਹਾਡੇ ਜਿਹੜੇ ਫਿੰਗਰ ਵਗੈਰਾ ਕੁਛ ਨਹੀਂ ਹੋਣਗੇ, ਤੁਹਾਡਾ ਕੇਸ ਲੱਗ ਜੂਗਾ, ਜਿੰਨਾ ਚਿਰ ਤੁਹਾਡਾ ਕੇਸ ਚੱਲਦਾ ਰਿਹਾ ਤੁਸੀਂ ਕੰਮ ਕਰ ਸਕਦੇ, ਜੇ ਤੁਸੀਂ ਕੇਸ ਜਿੱਤ ਗਏ ਤੁਹਾਨੂੰ ਰਿਲੀਜ਼ ਮਿਲ ਜਾਣੀ, ਤੁਸੀਂ ਇੰਡੀਆ ਵੀ ਜਾ ਸਕਦੇ, ਕੋਈ ਐਡੀ ਯਾਨੀ ਕਿ ਸੂਨ ਦੇ ਵੀਜ਼ਿਆਂ ਦੇ ਵਿੱਚ ਐਡੀ ਦਿੱਕਤ ਨਹੀਂ ਆਉਂਦੀ, ਕਿਉਂਕਿ ਸੂਨ ਦੇ ਵੀਜ਼ਿਆਂ ਦੀ ਇੱਥੇ ਵੈਲਿਊ ਆ ਵੀ ਕਵੈਤੀਆ ਬਿਨਾਂ ਪੁੱਛੇ ਤੋਂ ਜਾਂ ਕੰਪਨੀ ਬਿਨਾਂ ਪੁੱਛੇ ਤੋਂ ਵੀ ਤੁਹਾਡੇ 'ਤੇ ਕੋਈ ਵੀ ਇੱਦਾਂ ਦਾ ਕੋਈ ਚਾਰਜਸ ਨਹੀਂ ਲਾ ਸਕਦੇ, ਵੀ ਜਿੰਨਾ ਚਿਰ ਬਾਈ ਤੁਹਾਡੇ ਅਸੀਂ ਵਕੀਲ ਇੱਧਰੋਂ ਕਰ ਸਕਦੇ, ਜੇ ਤੁਸੀਂ ਬਾਈ ਉਲਟ ਕੰਪਨੀ 'ਤੇ ਕੇਸ ਕਰ ਸਕਦੇ, ਜੇ ਤੁਸੀਂ ਜਿੱਤ ਜਾਂਦੇ ਤਾਂ ਬਾਈ ਤੁਹਾਨੂੰ ਜਿਹੜਾ ਵਾ ਉਹ ਮੁਆਵਜ਼ਾ ਜਿਹੜਾ ਕੰਪਨੀ ਨੂੰ ਦੇਣਾ ਪਊਗਾ, ਸੋ ਇੱਥੇ ਯਾਨੀ ਕਿ ਸੂਨ ਦੇ ਵੀਜ਼ਿਆਂ ਦੀ ਥੋੜ੍ਹੀ ਜਿਹੀ ਵਧੀਆ ਵਾ ਕੰਮ, ਅਤੇ ਮੇਰਾ ਵੀਰ ਜਿੰਨੇ ਵੀ ਆਉਣਾ ਵਾ ਖਾਦਮ ਵੀਜ਼ਾ ਲੈ ਕੇ ਨਾ ਆਓ, ਕਿਉਂਕਿ ਉਹ ਵੀਰ ਦਾ ਚਲੋ ਖਾਦਮ ਵੀਜ਼ਾ ਹੈਗਾ ਚੱਲੀ ਗਿਆ ਉਹਦਾ ਕੰਮ 3 ਸਾਲ ਚੱਲਦਾ ਰਿਹਾ, ਪਰ ਹੁਣ ਬਾਈ ਯਕਦਮ ਹੀ ਯਾਨੀ ਕਿਹੜਾ ਉਹਨੂੰ ਜਿਹੜਾ ਵਾ ਹੁਣ ਇੱਥੋਂ ਜਾਣਾ ਪੈ ਗਿਆ, ਅਤੇ ਬਾਈ ਹੁਣ ਵੇਖੋ ਮੇ ਵੀ ਮੈਂ ਤਾਂ ਕਹਿੰਦਾ ਵਾਹਿਗੁਰੂ ਕਿਰਪਾ ਕਰੇ ਉਹ ਵਾਪਸ ਫੇਰ ਆ ਜਾਏ ਇੱਥੇ ਕੰਮ ਕਰੇ, ਕਿਉਂਕਿ ਬਾਈ 3.25 ਸਾਲ ਦਾ ਵੀਜ਼ਾ ਉਹਦਾ ਪਿਆ, 15 ਮਹੀਨੇ ਦਾ ਆਹੀ ਵੀਜ਼ਾ ਉਹਦਾ ਜਿਹੜਾ ਵਾ ਜਿਹਦੇ ਪੈਸੇ ਉਹਨੇ ਦਿੱਤੇ ਹੋਏ ਉਹ ਵੀ ਪਿਆ ਵਾ, 2 ਸਾਲ ਦਾ ਵੀਜ਼ਾ ਤਾਂ ਚਲੋ ਅਗਲਾ ਵਾ ਉਹਦੇ ਪੈਸੇ ਉਹਨੇ ਦੇਣੇ ਹੈਗੇ, ਪਰ ਫਿਰ ਵੀ ਬਾਈ ਬੜਾ ਦੁੱਖ ਜਿਹਾ ਹੁੰਦਾ ਵਾ ਵੀ ਜਦੋਂ ਇਹੋ ਜਿਹੇ ਇੰਸੀਡੈਂਟ ਸੁਣੀ ਦੇ ਇੱਥੇ ਕਈ ਵੀਰ ਇੱਥੇ ਬਾਈ ਕਵੈਤੀਆਂ ਦੇ ਦੁੱਖਾਂ ਤੋਂ ਹੀ ਬਾਈ ਯਾਨੀ ਕਿ ਵੀ ਖੱਲੀ ਵੱਲੀ ਹੋਏ ਆ ਜਾਂ ਵਾਪਸ ਚਲ ਗਏ ਇੰਨੇ ਇੰਨੇ ਪੈਸੇ ਲਾ ਕੇ, ਸੋ ਮੇਰੇ ਭਰਾ ਜਿੰਨੇ ਵੀ ਆਉਣਾ ਵਾ ਥੋੜ੍ਹਾ ਜਿਹਾ ਵੀਰ ਧਿਆਨ ਨਾਲ ਆਜ਼ਾਦ ਵੀਜ਼ਾ ਜਿਹੜਾ ਵਾ ਸੋਚ ਸਮਝ ਕੇ ਲਓ, 18 ਨੰਬਰ ਦਾ ਵੀਜ਼ਾ ਲਓ, 20 ਨੰਬਰ ਦੇ ਵੀਜ਼ੇ 'ਚ ਨਾ ਆਓ, ਸੋ ਬਾਕੀ ਜੇ ਵੀਡੀਓ ਚੰਗੀ ਲੱਗੀ ਬਾਈ ਲਾਈਕ ਅਤੇ ਸ਼ੇਅਰ ਕਰ ਦਿਓ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੀ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਮਿਲਦੀਆਂ ਹਨ, ਸੋ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ।